ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲਗਭਗ 50 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਉਹ ਕੰਮ ਕਰਤੇ ਜਿਹੜੇ ਬਾਕੀਆਂ ਤੋਂ 50 ਸਾਲਾਂ ਚ ਨਹੀਂ ਹੋਏ ਭਾਵੇਂ ਉਹ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ 300 ਯੂਨਿਟ ਬਿਜਲੀ ਫ੍ਰੀ ਦੇਣ ਦਾ ਜਿਹੜਾ ਫੈਸਲਾ ਹੋਵੇ ਜਾਂ ਫਿਰ ਪੰਚਾਇਤੀ ਜਾਂ ਸਰਕਾਰੀ ਜਮੀਨਾ ਤੋਂ ਨਜਾਇਜ਼ ਕਬਜ਼ੇ ਛਡਾਉਣ ਦਾ ਫੈਸਲਾ ਹੋਵੇ ਅਸੀਂ ਲਗਾਤਾਰ ਲੋਕਾਂ ਦੇ ਹੱਕ 'ਚ ਫੈਸਲੇ ਲੈ ਰਹੇ ਆਂ ਔਰ ਜਿੱਥੋਂ ਤੱਕ ਲਾਅ ਐਂਡ ਆਰਡਰ ਦਾ ਕਾਨੂੰਨ ਤੇ ਵਿਵਸਥਾ ਦਾ ਤੇ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਹੈ ਤਾਂ ਅਸੀਂ ਚੋਣਾਂ ਵੇਲੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਅਪਰਾਧੀਆਂ ਦਾ ਗੈਂਗਸਟਰਾਂ ਦਾ ਜਿਹੜਾ ਨੈੱਟਵਰਕ ਹੈ ਉਹ ਜੇਲ੍ਹਾਂ 'ਚੋਂ ਚੱਲਦਾ ਹੈ ਉਹਨੂੰ ਅਸੀਂ ਬੰਦ ਕਰਾਂਗੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ 50 ਦਿਨਾਂ ਚ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾਂ ਦੇ ਵਿੱਚ ਸਰਚ ਡਰਾਈਵ ਚਲਾ ਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਦੇ ਵਿੱਚ 710 ਮੋਬਾਈਲ ਫੋਨ ਜਿਹੜਾਂ ਚ ਫੜੇ ਗਏ ਨੇ ਜਿਨ੍ਹਾਂ ਨੂੰ ਕਿ ਗੈਂਗਸਟਰ ਤੇ ਅਪਰਾਧੀ ਆਪਣੇ ਗੋਰਖਤੰਡੇ ਚਲਾਉਣ ਲਈ ਵਰਤਦੇ ਸੀ ਹੁਣ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਾਂ ਦੀਆਂ ਘੰਟੀਆਂ ਨਹੀਂ ਵੱਜਣਗੀਆਂ ਇਸ ਤੋਂ ਇਲਾਵਾ ਜੇਲ੍ਹਾਂ ਨੂੰ ਸੱਚੀ ਮੁੱਚੀ ਸੁਧਾਰ ਘਰ ਬਣਾਇਆ ਜਾਊਗਾ ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਕੋਰਟ ਜਿਹੜੀ ਸਜ਼ਾ ਦਿੰਦੀ ਹੈ ਕਿਸੇ ਬੰਦੇ ਨੂੰ ਉਹ ਜੇਲ੍ਹ ਜਾ ਕੇ ਵੀਆਈਪੀ ਕਿਵੇਂ ਬਣ ਜਾਂਦਾ ਹੈ ਜੇਲ੍ਹ 'ਚ ਜਿਹੜਾ ਬੰਦਾ ਗਿਆ ਕਿਸੇ ਕਾਨੂੰਨ ਨੂੰ ਤੋੜਨ ਦੇ ਕਿਸੇ ਜੁਰਮ ਦੇ ਫੈਸਲੇ ਦੀਨ ਤਾਂ ਫਿਰ ਉਹ ਵੀਆਈਪੀ ਕਾਦਰ ਰਹਿ ਗਿਆ ਤਾਂ ਅਸੀਂ ਜੇਲ੍ਹਾਂ ਦੇ ਵਿੱਚੋਂ ਜਿਹੜਾ ਵੀਆਈਪੀ ਕਲਚਰ ਉਹ ਖਤਮ ਕਰਨ ਲੱਗੇ ਆ ਜਿੰਨੇ ਵੀ ਵੀਆਈਪੀ ਬੜੇ ਸ਼ਾਨਦਾਰ ਕਮਰੇ ਬਣਾਏ ਹੋਏ ਸੀ ਲੋਕਾਂ ਨੂੰ ਤਾਂ ਲੱਗਦਾ ਸੀ ਉਹ ਜੇਲ੍ਹ ਚ ਹੈ ਪਰ ਉਹ ਉੱਥੇ ਬੈਠ ਕੇ ਆਰਾਮ ਕਰਦੇ ਸੀ ਉੱਥੇ ਬੈਠ ਕੇ ਬੈਡਮਿੰਟਨ ਖੇਡਦੇ ਸੀ ਟੈਨਿਸ ਖੇਡਦੇ ਸੀ ਆਰਾਮ ਨਾਲ ਟੀਵੀ ਆਂ ਦੇਖਦੇ ਸੀ ਉਹ ਕਲਚਰ ਅਸੀਂ ਬੰਦ ਕਰਨ ਲੱਗੇ ਆ ਜਿੰਨੇ ਵੀ ਵੀਆਈਪੀ ਰੂਮ ਨੇ ਜਾਂ ਵੀਆਈਪੀ ਪੋਰਸ਼ਨ ਹੈ ਜਿਹੜਾ ਦੇ ਵਿੱਚ ਉਹਨੂੰ ਅਸੀਂ ਪ੍ਰਬੰਧਕੀ ਬਲਾਕ ਦੇ ਵਿੱਚ ਬਦਲਣ ਲੱਗੇ ਆ ਤਾਂ ਕਿ ਜੇਲ੍ਹ ਦਾ ਸਟਾਫ ਜਿਹੜਾ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕੇ ਅਸੀਂ ਸਿਰਫ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਨਹੀਂ ਫੜੇ ਬਲਕਿ ਮੋਬਾਈਲ ਫੋਨ ਕਿਦੇ ਨਾਂ ਤੇ ਸੀ ਜਦ ਮੋਬਾਈਲ ਫੋਨ ਹੋ ਕੀਨੇ ਪਹੁੰਚਾਇਆ ਜੇਲ੍ਹ ਦੇ ਅੰਦਰ ਉਹਨਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕਰ ਰਹੇ ਹਾਂ ਐਫ ਆਈ ਆਰਸ ਹੋ ਰਹੀਆਂ ਨੇ ਤੇ ਉਹਦੀ ਜਾਂਚ ਵਾਸਤੇ ਐਸ ਆਈ ਟੀ ਵੀ ਗਠਿਤ ਕਰਤੀ ਹੈ ਤੇ ਇਹਨਾਂ ਫੈਸਲੇ ਨੂੰ ਲਾਗੂ ਕਰਨ ਦੇ ਵਿੱਚ ਜੇ ਕੋਈ ਅਫਸਰ ਕੋਤਾਹੀ ਵਰਤੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੋਊਗੀ ਅਸੀਂ ਕੁਝ ਅਫਸਰ ਸਸਪੈਂਡ ਵੀ ਕੀਤੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੈਂਗਸਟਰ ਜਾਂ ਅਪਰਾਧੀਆਂ ਵਾਸਤੇ ਜਾਂ ਸ਼ਰਾਰਤੀ ਅਨਸਰਾਂ ਵਾਸਤੇ ਜਾਂ ਸਮਾਜ ਵਿਰੋਧੀ ਤਤਾਂ ਵਾਸਤੇ ਆਰਾਮ ਕਰ ਨਾ ਬਣ ਸੁਧਾਰ ਕਰ ਹੀ ਬਣ ਉਹ ਸੁਧਰ ਕੇ ਹੀ ਜਿਹੜਾ ਜੋ ਬਾਹਰ ਆਉਣ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਸਾਡਾ ਸਾਥ ਦਿਓ ਸਹਿਯੋਗ ਤੁਸੀਂ ਦੇ ਰਹੇ ਹੋ ਜੇ ਸਰਕਾਰ ਬਦਲੀ ਹੈ ਤਾਂ ਕਾਨੂੰਨ ਤੇ ਵਿਵਸਥਾ ਦਾ ਜਿਹੜਾ سلسلہ ਹੈ ਜਿਹਨੂੰ ਲਾਗੂ ਕਰਨਾ ਹੈ ਈਮਾਨਦਾਰੀ ਨਾਲ ਅਸੀਂ ਉਹ ਲਾਗੂ ਕਰਾਂਗੇ ਤੇ ਜੇੜਾਂ ਜਿਹੜੀਆਂ ਨੇ ਉਹਨਾਂ ਨੂੰ ਸੱਚੀ ਮੁੱਚੀ ਅਸੀਂ ਸੁਧਾਰਕਰ ਬਣਾਉਣਾ ਚਾਹੁੰਦੇ ਆ ਉਥੇ ਕੋਈ ਵੀ ਆਈਪੀ ਨਹੀਂ ਹੈਗਾ ਉਥੇ ਕੋਈ ਮੋਬਾਈਲ ਫੋਨ ਜਾਂ ਕੋਰਖਤਨਦ ਨਹੀਂ ਚੱਲੂਗਾ ਅੰਦਰੋਂ ਜੇ ਅੰਦਰ ਕੁਛ ਜੇਲ੍ਹ ਦੇ ਆਰਾਮਦਾਇਕ ਚੀਜ਼ ਫੜੀ ਜਾਂਦੀ ਹੈ ਤਾਂ ਜਿਹੜੇ ਅਫਸਰ ਨੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਗਿਆ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਤਾਂ ਉਹਨਾਂ ਤੇ ਵੀ ਸਖਤ ਕਾਰਵਾਈ ਹੋਊਗੀ ਇਨਕਲਾਬ ਜ਼ਿੰਦਾਬਾਦ ਆਜਾ ਅਪਡੇਟਸ ਉਹ ਬੜੀ ਖਬਰੋ ਕੇ ਲਈ ਸਬਸਕ੍ਰਾਈਬ ਕਰੇ ਅਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਣਾ ਨਾ ਭੁੱਲੇ